जी मैं रणबीर सिंह राणा ते इस वेले दी वड्डी खबर पंजाब सरकार दे वल्लों यू टर्न लिया गया है। बिल्कुल पंजाब दे मुख्यमंत्री कैप्टन अमरिंदर सिंह ने स्पष्ट किया है कि जिहड़ी प्लाज्मा थैरेपी है जिहड़े प्लाज्मा दिता जाना सीगा हुण उह वेचिया नहीं जाएगा। पहला प्रति मरीज प्रति करोना का मरीज 20,000 वसूलन की गल सामने आई सी, जिस तो बाद पंजाब दे लोगों ने भी इसका विरोध किया, विरोधी पार्टियां ने भी इसका विरोध किया कि 20,000 वड्डी रकम है, एक करोना मरीज कित्थों देवेगा। क्योंकि प्लाज्मा जिहड़ी विधि है वह यही है कि जिस व्यक्ति नूं करोना हुंदा है जदों वह ठीक हो जाता है तो वह अपना ब्लड डोनेट करेगा, तो जिहड़ा ब्लड उसका होएगा वह किसी होर नूं दिता जाएगा। तो इस नूं वह प्लाज्मा थैरापी जिहड़ी कहा जाता है कि इस ढंग के नाल मरीज जिहड़ा वह ठीक हो जाएगा जिहड़ा करोना जिसनूं होया सीगा, तो यह सफल भी हो चुकी है यह तकनीक। पर पिछले दिन ही पंजाब सरकार ने एक फैसला किया कि जिहड़े डोनर ने वह तो मुफ्त देणगे अपना ब्लड, जिहड़े करोना दे मरीज ठीक होणगे स्वस्थ हो जाणगे वह अपना खून देणगे प्लाज्मा देणगे वह, पर अगे सरकार वेचेगी। जिस ते विरोध होया तां हुण कैप्टन सरकार ने यू टर्न ले लिया। जिहड़ा अज दा जो प्रेस नोट जारी होया, प्रेस रिलीज़ जारी किया गया है पंजाब सरकार दे वल्लों, उस दे विच कहा गया है कि कैप्टन अमरिंदर सिंह ने कहा कि प्लाज्मा हुण मुफ्त मिलेगा, करोना दे मरीजां लई एक चंगी खबर है, ਅਤੇ ਪਲਾਜ਼ਮਾ ਵੇਚਣ ਅਤੇ ਖਰੀਦਣ ਦੀ ਇਜਾਜ਼ਤ ਨਹੀਂ ਹੋਵੇਗੀ। ਪ੍ਰਵਾਨਗੀ ਮਿਲਣ ਤੋਂ ਬਾਅਦ ਸੂਬੇ ਦੇ ਵਿੱਚ 2 ਹੋਰ ਪਲਾਜ਼ਮਾ ਬੈਂਕ ਵੀ ਖੋਲ੍ਹੇ ਜਾਣਗੇ, ਕਿਉਂਕਿ ਪਲਾਜ਼ਮਾ ਬੈਂਕ ਖੋਲ੍ਹਣਾ ਇਸ ਵੇਲੇ ਸਮੇਂ ਦੀ ਲੋੜ ਹੈ। ਜਿਹੜੇ ਕਰੋਨਾ ਮਰੀਜ਼ ਕ੍ਰਿਟੀਕਲ ਹਾਲਤ ਵਿੱਚ ਹੁੰਦੇ ਨੇ ਉਹਨਾਂ ਨੂੰ ਪਲਾਜ਼ਮਾ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਉਹ ਸਵਸਥ ਵੀ ਹੁੰਦੇ ਨੇ, ਅਤੇ ਜਿਹੜੇ ਮਰੀਜ਼ ਹੁਣ ਠੀਕ ਹੋ ਰਹੇ ਨੇ ਉਹ ਪਲਾਜ਼ਮਾ ਆਪਣਾ ਡੋਨੇਟ ਕਰ ਸਕਦੇ ਨੇ। ਸੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਅੱਜ ਇਹ ਐਲਾਨ ਕੀਤਾ ਗਿਆ ਹੈ। ਮੌਤਾਂ ਦੀ ਦਰ ਵੀ ਵੱਧ ਰਹੀ ਹੈ ਪੰਜਾਬ ਦੇ ਵਿੱਚ, ਜਿਸ 'ਤੇ ਚਿੰਤਾ ਜ਼ਾਹਿਰ ਕੀਤੀ ਹੈ ਪੰਜਾਬ ਸਰਕਾਰ ਦੇ ਵੱਲੋਂ। ਅਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਤਰਜੀਹ ਪੰਜਾਬ ਦੇ ਲੋਕਾਂ ਦੀ ਜਾਨ ਬਚਾਉਣਾ ਹੈ, ਕਿ ਮਰੀਜ਼ਾਂ ਦੀ ਜਾਨ ਬਚਾਉਣ ਲਈ ਜਿਹੜੇ ਕੋਵਿਡ ਦੇ ਹੁਣ ਮਰੀਜ਼ ਨੇ ਉਹ ਅੱਗੇ ਆਉਣ, ਜਿਹੜੇ ਠੀਕ ਹੋ ਗਏ ਨੇ ਉਹ ਅੱਗੇ ਆਉਣ। ਇਸ ਤੋਂ ਬਿਨਾਂ ਵਿਭਾਗ ਦੇ ਜਿਹੜੇ ਅਧਿਕਾਰੀ ਨੇ, ਸਿਹਤ ਵਿਭਾਗ ਦੇ ਅਧਿਕਾਰੀ ਨੇ, ਡਿਪਟੀ ਕਮਿਸ਼ਨਰ ਨੇ, ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਲੋਕਾਂ ਨੂੰ ਉਤਸ਼ਾਹਿਤ ਕਰਨ ਕਿ ਉਹ ਆਪਣੀ ਪਲਾਜ਼ਮਾ ਜਿਹੜਾ ਆਪਣਾ ਡੋਨੇਟ ਕੀਤਾ ਜਾਵੇ। ਉਹਨਾਂ ਦੱਸਿਆ ਕਿ ਸੂਬੇ ਦੇ ਵਿੱਚ ਇਸ ਵੇਲੇ 10,000 ਮਰੀਜ਼ ਠੀਕ ਹੋ ਚੁੱਕੇ ਨੇ, ਅਤੇ ਸਰਕਾਰ ਦੀ ਤਰਜੀਹ ਸੂਬੇ ਦੇ ਵਿੱਚ ਹਰੇਕ ਦੀ ਜ਼ਿੰਦਗੀ ਨੂੰ ਬਚਾਉਣਾ ਹੈ। ਅੰਮ੍ਰਿਤਸਰ ਅਤੇ ਫਰੀਦਕੋਟ ਦੇ ਵਿੱਚ 2 ਪਲਾਜ਼ਮਾ ਬੈਂਕ ਸਥਾਪਿਤ ਕੀਤੇ ਜਾਣਗੇ, ਜਿਸ ਲਈ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਪਟਿਆਲਾ ਦੇ ਵਿੱਚ ਪਹਿਲਾਂ ਹੀ ਪਲਾਜ਼ਮਾ ਬੈਂਕ ਜਿਹੜਾ ਚੱਲ ਰਿਹਾ ਹੈ। ਦੱਸ ਦਈਏ ਕਿ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਅੱਜ ਨਵੇਂ ਮਰੀਜ਼ ਸਾਹਮਣੇ ਆਏ ਨੇ ਉਹਨਾਂ ਦੀ ਗਿਣਤੀ 500 ਤੋਂ ਪਾਰ ਹੈ। ਇਸ ਤੋਂ ਬਿਨਾਂ ਦੱਸ ਦਈਏ ਕਿ ਅੱਜ ਜਿਹੜੇ ਮਰੀਜ਼ ਨੇ ਉਹ ਪੋਜ਼ਿਟਿਵ ਮਰੀਜ਼ ਪਾਏ ਗਏ ਨੇ, 511 ਹੋਰ ਕੋਰੋਨਾ ਦੇ ਨਵੇਂ ਮਰੀਜ਼ ਸਾਹਮਣੇ ਆਏ ਨੇ। ਇਸ ਤੋਂ ਬਿਨਾਂ ਮੌਤਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੰਜਾਬ ਦੇ ਵਿੱਚ ਗਿਣਤੀ 10,509 ਹੈ, ਅਤੇ ਇਸ ਵੇਲੇ ਪੰਜਾਬ ਦੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ 4577 ਲੋਕ ਕਰੋਨਾ ਪੀੜਤ ਨੇ। ਆਕਸੀਜਨ ਦੀ ਸਪੋਰਟ 'ਤੇ ਕੁੱਲ 135 ਮਰੀਜ਼ ਨੇ। ਇਸ ਤੋਂ ਬਿਨਾਂ ਕ੍ਰਿਟੀਕਲ ਹਾਲਤ ਦੇ ਵਿੱਚ ਜਿਹੜੇ ਵੈਂਟੀਲੇਟਰ ਸਪੋਰਟ 'ਤੇ ਨੇ ਉਹ 18 ਮਰੀਜ਼ ਨੇ, ਅਤੇ ਹੁਣ ਤੱਕ ਪੰਜਾਬ ਦੇ ਵਿੱਚ 370 ਮੌਤਾਂ ਹੋ ਚੁੱਕੀਆਂ ਨੇ ਕਰੋਨਾ ਦੇ ਕਾਰਨ। ਕਰੋਨਾ ਵਾਇਰਸ ਪੰਜਾਬ ਦੇ 370 ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਸੋ ਵੱਖ ਵੱਖ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਨਵੇਂ ਕੇਸਾਂ ਦੇ ਵਿੱਚ 511 ਦੇ ਵਿੱਚ ਲੁਧਿਆਣਾ 'ਚੋਂ 143 ਕੇਸ ਸਾਹਮਣੇ ਆਏ ਨੇ, ਜਲੰਧਰ ਦੇ ਵਿੱਚ 67, ਅੰਮ੍ਰਿਤਸਰ ਦੇ ਵਿੱਚ 69, ਪਟਿਆਲਾ ਦੇ ਵਿੱਚ 14, ਸੰਗਰੂਰ ਦੇ ਵਿੱਚ 15, ਮੋਹਾਲੀ 18 ਕੇਸ ਸਾਹਮਣੇ ਆਏ ਨੇ, ਫਿਰੋਜ਼ਪੁਰ ਤੋਂ 73 ਕੇਸ ਸਾਹਮਣੇ ਆਏ ਨੇ, ਫਰੀਦਕੋਟ ਤੋਂ 24 ਕੇਸ, ਮੋਗਾ 'ਚ 10, ਬਠਿੰਡਾ 14, ਮੁਕਤਸਰ 10, ਕਪੂਰਥਲਾ 13, ਫਾਜ਼ਿਲਕਾ 3 ਅਤੇ ਬਰਨਾਲਾ 'ਚ 12 ਕੇਸ ਸਾਹਮਣੇ ਆਏ ਨੇ। ਗੁਰਦਾਸਪੁਰ 'ਚ ਵੀ 2 ਕੇਸ ਹੋਰ ਸਾਹਮਣੇ ਆਏ ਨੇ, ਪਠਾਨਕੋਟ 'ਚ 5 ਅਤੇ ਹੁਸ਼ਿਆਰਪੁਰ 'ਚ 4 ਕੇਸ ਸਾਹਮਣੇ ਆਏ ਨੇ, ਜਦਕਿ ਤਰਨ ਤਾਰਨ 'ਚ 15 ਕੇਸ। ਸੋ ਹਰ ਰੋਜ਼ ਪੰਜਾਬ ਦੇ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ, ਅਤੇ ਕਰੋਨਾ ਮਰੀਜ਼ਾਂ ਦਾ ਅੰਕੜਾ ਜਿਹੜਾ ਇਹ ਵੱਧ ਕੇ ਇਸ ਵੇਲੇ 15,456 ਹੋ ਗਿਆ, ਅਤੇ 511 ਅੱਜ ਨਵੇਂ ਮਰੀਜ਼ ਵੀ ਸਾਹਮਣੇ ਆਏ ਨੇ। ਇਸ ਤੋਂ ਬਿਨਾਂ ਜਿਸ ਢੰਗ ਦੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਅੱਜ ਕਿਹਾ ਗਿਆ ਸੀ, ਕੱਲ੍ਹ ਕਿਹਾ ਗਿਆ ਸੀ ਕਿ 1 ਅਗਸਤ ਤੋਂ ਜਿੰਮ ਜਿਹੜੇ ਨੇ ਜਿਹੜੇ ਅਨਲੌਕ 3 ਦੇ ਨਵੇਂ ਨਿਯਮ ਆ ਰਹੇ ਨੇ, 5 ਅਗਸਤ ਤੋਂ ਜਿੰਮ ਖੁੱਲ੍ਹ ਜਾਣਗੇ, ਪਰ ਪੰਜਾਬ ਸਰਕਾਰ ਨੇ ਹਾਲੇ ਇਸ 'ਤੇ ਫੈਸਲੇ ਨੂੰ ਪੈਂਡਿੰਗ ਰੱਖ ਲਿਆ ਹੈ। ਪੰਜਾਬ ਦੇ ਵਿੱਚ ਇਹ ਫੈਸਲਾ ਲਾਗੂ ਨਹੀਂ ਹੈਗਾ, ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ 'ਤੇ ਹੋਰ ਵਿਚਾਰ ਵਟਾਂਦਰਾ ਕੀਤਾ ਜਾਊਗਾ, ਗਰਾਊਂਡ ਰਿਪੋਰਟ ਲਈ ਜਾਊਗੀ, ਸਿਚੁਏਸ਼ਨ ਜਿਹੜੇ ਹਾਲਾਤ ਨੇ
उन्होंने सलाह मशवरा किया जाऊगा। डिप्टी कमिश्नर तो सलाह मंगी गई है, जिस तों बाद इस ते कोई नवा फैसला हो सकता है। पर वड्डी खबर जिहड़ी यही है कि पंजाब दे विच हुण प्लाज्मा मुफ्त मिलेगा, किसी नूं भी खरीदण अते वेचण दी इजाजत नहीं होवेगी। जबकि इस तों पहलां सरकार 20,000 प्रति मरीज़ प्लाज्मा की गल आख रही थी कि जिहड़ा प्लाज्मा दिता जाणा किसी मरीज़ नूं उस दे बदले मरीज़ तों 20,000 रुपया लिता जाए, पर हुण अजिहा नहीं होवेगा। यह वड्डी गल है। इस तों बिना अज नवें केसां दी गल कीती जावे तां 511 केस नवें सामने आए ने पंजाब दे विच, अते पंजाब दे विच इस वेले 370 मौतां करोना दे कारण हो चुकियां ने। सो दस दिए कि लगातार करोना वायरस दे केस जिहड़े ने पंजाब दे विच उह वधदे जा रहे ने। अते दूजे पासे पंजाब दे विच जिहड़े जिम ने हाले योगा इंस्टीट्यूट ने वह नहीं खुलणगे, जिस तरीके दे नाल पहलां गल आखी जा रही सी कि केंद्र सरकार दे वल्लों जिहड़ा ये वो स्पष्ट कर दिता गया सीगा कि 5 अगस्त तो खोले जाणगे, पर पंजाब दे विच हाले होर इंतज़ार करना पै सकता है क्योंकि पंजाब दे विच जिहड़ी सिचुएशन है उसनू वाचण तो बाद ही कैप्टन अमरिंदर सिंह ने कहा है कि अगला फैसला लिया जाएगा। सो जिहड़ा वड्डा फैसला तां प्लाज्मा वाला ही सीगा, इस तों बिना जिहड़ी हालात ने उह तुहानू अज दस दित्ते ने कि 511 केस होर नवें सामने आए ने। सो तुसीं वी अपना ख्याल रखो ते अपने परिवार का ख्याल रखो, किते वी बिना मास्क पहने ना जाओ जनतक थां ते, सोशल डिस्टेंसिंग का भी ख्याल रखो। 500 रुपये जुर्माना जिहड़ा उह मास्क ना पाउण दा हैगा है। रखड़ी का त्यौहार आ रहा, रखड़ी के त्यौहार मौके भी नवें जिहड़े कुछ अपील सी कि जिहड़ी कीती गई सी कि दुकानदारां नूं कि रखड़ी वाले दुकानदार जिहड़े जिथों रखड़ी खरीदी जाएगी तो 200 मास्क जिहड़े ने माफ़ करना 2 मास्क वह मुफ्त देणगे। मिठाई की दुकान तो जिथों मिठाई ली जाएगी वह भी मास्क देण, दुकानदारां नूं अपील जिहड़ी आ उह कीती गई सीगी। सो तमाम अपडेट्स दे लई तुसीं होर अपडेट्स दे लई देखते रहो डेली पोस्ट पंजाबी। मैनूं